بسم اللہ الرحمن الرحیم अस्सलाम वालेकुम ते की हालचाल है जनाब ਤੁਹਾਡੇ ਸਭ ਦਾ ਉਮੀਦ ਕਰਨੀਆਂ ਕਿ ਤੁਸੀਂ ਸਭ ਹੋਗੇ ਖੈਰੀਅਤ ਨਾਲ ਤੇ ਲਵ ਯੂ ਆਲ ਜੀ ਸਭ ਨੂੰ ਮੇਰੇ ਵੱਲੋਂ ਬਹੁਤ ਬਹੁਤ ਸਾਰਾ ਪਿਆਰ ਹੈ ਕਿਉਂਕਿ ਤੁਹਾਡਾ ਇੰਨਾ ਸਾਰਾ ਪਿਆਰ ਮੇਰੇ ਕੋਲ ਹੈ ਤੇ ਮੇਰੇ ਵੱਲੋਂ ਕਿਉਂ ਨਹੀਂ ਪਿਆਰ ਤੁਹਾਡੇ ਵੱਲ ਜਾ ਸਕਦਾ ਤੇ ਲੋ ਦੇਖੋ ਜੀ بارش ਦਾ ਕੁਝ सीन ਰਹਿ ਗਿਆ ਸੀ ਮੈਂ ਕਿਹਾ ਅੱਜ ਦੀ ਵੀਡੀਓ ਦੇ ਵਿੱਚ ਮੈਂ ਪਾ ਦੇਣੀ ਆ ਇਹਨ ਜਨਾਬ ਮੇਰੇ ਰਿਕਸ਼ੇ ਦੇ ਅੱਗੇ-ਅੱਗੇ ਇੱਕ ਕੁਕੜੀਆਂ ਵਾਲਾ ਰਿਕਸ਼ਾ ਜਾ ਰਿਹਾ ਸੀ ਯਾਨੀ ਕਿ ਮੁਰਗੀਆਂ ਪਿੰਜਰੇ ਚ ਇਹਨਾਂ ਨੇ ਡਕੀਆਂ ਆਈਆਂ ਸੰਤ ਜਾ ਕੇ ਇਹਨਾਂ ਨੇ ਬਾਜ਼ਾਰਿਸ਼ ਕਰਨੀਆਂ ਨੇ ਸੇਲ ਤੇ ਲੋ ਜੀ ਇੱਕ ਦਿਨ ਨਾਲ ਦੂ ਰਿਛੇ ਹੋ ਗਏ ਨੇ ਉਹਨਾਂ ਨੇ ਕਿਹਾ ਜੀ ਬਾਜੀ ਵੀਡੀਓ ਬਣਾ ਰਹੇ ਨੇ ਤੇ ਅਸੀਂ ਕਿਉਂ ਪਿਛੇ ਰਹੀਏ ਅਸੀਂ ਕਿਉਂ ਨਾ ਬਾਜੀ ਦੀ ਵੀਡੀਓ ਦੇ ਵਿੱਚ ਆਈਏ ਤੇ ਆ ਕੇ ਵਖਾਈਏ ਕਿ ਦੇਸੀ ਕੁਕੜੀਆਂ ਲੈ ਲਓ ਮੌਸਮ ਨੂੰ ਇੰਜੋਏ ਕਰੋ ਤੇ ਲੋ ਜੀ ਮੌਸਮ ਕਰਨੇ ਆ ਜ਼ਰਾ ਹੋਰ ਵੀ ਤਰੋ ਤਾਜ਼ਾ ਤੇ ਇੱਥੇ ਜਨਾਬ ਮੈਂ ਤੁਹਾਨੂੰ ਅੱਜ ਕਿਹਾ ਸੀ ਕਿ ਅੱਜ ਅਸੀਂ ਜਿਹੜਾ ਵੀ ਉਹ ਕੀ ਨਾਮ ਹੈ ਆਪਣੇ ਬੜੇ ਪਿਆਰੇ ਪਿਆਰੇ ਚੰਦ ਵਿਊਅਰਸ ਦੇ ਕਮੈਂਟਸ ਦਾ ਜਵਾਬ ਦਵਾਂਗੀ ਇੱਕ ਨਵੇਂ ਅੰਦਾਜ਼ ਦੇ ਵਿੱਚ ਤੇ ਇੱਥੇ ਜੀ ਸਭ ਨਾਲ ਪਹਿਲਾਂ ਤੇ ਮੈਂ ਇਹ ਕਵਾਂਗੀ ਇੱਕ ਤੇ ਮੈਨੂੰ ਚਾਹ ਪਸੰਦ ਹੈ ਨੀ ਅੜੀਏ ਸੀਮਾ ਦੂਜਾ ਤੇਰਾ ਨਾ ਪਸੰਦ ਦੇ ਤੇ ਲੋ ਜੀ ਇਹ ਮੈਂ ਕਿਹਾ ਵੇ ਸੀਮਾ ਚੋਪਲਾ ਵਾਸਤੇ ਉਸ ਤੋਂ ਬਾਅਦ ਜੀ ਅੱਗੇ ਮੇਰੀ ਬੜੀ ਹੀ ਪਿਆਰੀ ਬਾਜੀ ਨੇ ਸਬੂਈ ਬਾਜੀ ਉਹਨਾਂ ਨੇ ਮੈਨੂੰ ਕਮੈਂਟ ਕੀਤਾ ਸੀ ਕਿ ਮੈਂ ਜਿਹੜਾ ਵਾ ਨਾ ਇਹ ਟਰਾਈ ਕਰਾਂਗੀ ਝਟਪਟ ਬਣਨ ਵਾਲੀ ਰੈਸিপি ਏ ਤੇ ਜ਼ਰੂਰ ਬਾਜੀ ਇਹਨੂੰ ਤੁਸੀਂ ਜ਼ਰੂਰ ਟਰਾਈ ਕਰਨਾ ਤੇ ਫਿਰ ਮੈਨੂੰ ਦੱਸਣਾ ਕਿ ਤੁਹਾਨੂੰ ਕਿੰਜ ਦੀ ਲੱਗੀ ਮੇਰੀ ਹਾਂਡੀ ਅੱਗੇ ਆ ਜਾਂਦੇ ਨੇ ਜੀ ਨਾਇਲਾ ਨੂਰ ਨਾਇਲਾ ਨੂਰ ਨੇ ਕਿਹਾ ਕਿ ਮੁਝੇ ਆਪकी باتیں ਪਸੰਦ ਹਨ ਬਹੁਤ ਸ਼ੁਕਰੀਆ ਜੀ ਅਸੀਂ ਗੱਲਾਂ ਦਾ ਖਟਿਆਈ ਤੇ ਖਾਨੇ ਆ ਐ ਵੀ ਤੇ ਕੋਈ ਕੋਈ ਕਰ ਸਕਦਾ ਨਾ ਹਰ ਕੋਈ ਤੇ ਨਹੀਂ ਕਰ ਸਕਦਾ ਤੇ ਹਾਸ਼ਮ ਮਲਿਕ ਮੇਰੇ ਭਾਈ ਨੇ ਜਾਂ ਭੈਣ ਨੇ ਬਾਹਰ ਉਹਨਾਂ ਦੀ ਆਈਡੀ ਤੇ ਇਹੋ ਨਾਮ ਆ ਰਿਹਾ ਹੈ ਹਾਸ਼ਮ ਮਲਿਕ ਤੇ ਉਹ ਕਹਿੰਦੇ ਨੇ ਕਿ ਹਰ ਟਾਈਮ ਅੱਲਾ ਦਾ ਜ਼ਿਕਰ kiya karein ਜੀ ਬਿਲਕੁਲ ਬੇਸ਼ੱਕ ਕਿ ਅੱਲਾ ਦੇ ਜ਼ਿਕਰ ਦੇ ਵਿੱਚ ਹੀ ਅਮਨ ਹੈ ਅਮਾਨ ਹੈ ਔਰ ਉਹਦੇ ਵਿੱਚ ਹੀ ਸਾਡੇ ਵਾਸਤੇ ਬਹੁਤ ਜ਼ਿਆਦਾ ਬੇਹਤਰੀ ਹੈ ਔਰ ਇਨਸ਼ਾ ਅੱਲਾ ਬਿਹਤਰ ਨਹੀਂ ਬਿਹਤਰੀਨ ਕਰੇਗਾ ਤੁਹਾਡੀਆਂ ਗੱਲਾਂ ਦਾ ਤੁਹਾਡੇ ਪਿਆਰ ਦਾ ਦੁਆਵਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਉਸ ਤੋਂ ਬਾਅਦ ਜੀ ਇੱਕ ਸਿਸਟਰ ਨੇ ਮੈਨੂੰ ਮੈਸੇਜ ਕੀਤਾ ਉਹਨਾਂ ਦੀ ਆਈਡੀ ਤੇ ਮੈਨੂੰ ਉਹ ਨਾਮ ਉਹਨਾਂ ਦਾ ਮੈਂਸ਼ਨ ਨਜ਼ਰ ਨਹੀਂ ਸੀ ਆ ਰਿਹਾ ਬਟ ਉਹਨਾਂ ਨੇ ਲਿਖਿਆ ਹੋਇਆ ਸੀ ਕਿ ਫਰੋਮ ਕੈਨੇਡਾ ਬਹੁਤ ਸ਼ੁਕਰੀਆ ਸਿਸਟਰ ਕਿ ਤੁਸੀਂ ਕੈਨੇਡਾ ਬੈਠੇ ਮੈਨੂੰ ਵਾਚ ਕਰਦੇ ਹੋ ਮੇਰੀ ਵੀਡੀਓਜ਼ ਨੂੰ ਪਸੰਦ ਕਰਦੇ ਹੋ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ ਆਬਾਦ ਰੱਖੇ ਉਸਤੂ ਬਾਦ ਜੀ ਭੋਪਿੰਦਰ ਕੋਰ ਬਾਜੀ ਆਪਕੀ ਔਰ ਮੇਰੀ ਕਹਾਣੀ ਇੱਕ ਸੀ ਹੈ ਤੇ ਲੋ ਜੀ ਫਿਰ ਤੇਰੀ ਮੇਰੀ ਤੇਰੀ ਮੇਰੀ ਪ੍ਰੇਮ ਕਹਾਣੀ ਕਿਤਾਬੋ ਮੇਂ ਕਿਤਾਬੋ ਮੇਂ ਕਿਤਾਬੋ ਮੇਂ ਬਿਨਾ ਮਿਲੇਗੀ ਕਿਤਾਬੋ ਮੇਂ ਬਿਨਾ ਮਿਲੇਗੀ ਐਸੀ ਜੀ ਭੋਪਿੰਦਰ ਕੋਰ ਵਾਸਤੇ ਬਿਲਕੁਲ ਜੀ ਇਹ ਤੁਹਾਡੀ ਮੇਰੀ ਕਹਾਣੀ ਕਿਤਾਬਾਂ ਚ ਨਹੀਂ यूट्यूब तो मिलेगी ठीक है जी तो भी ये चलना कि मैं पका रही हूँ कीमा और करेले। कीमा, करेले कीमा करेले कीमा करेले की मज़ेदार सी रेसिपी है ये और की है जी कीमा पाता रेसिपी भी दसा ना फिर तुम कहो क्या रेसिपी नहीं दसी ए लिया जी मैं कीमा, कीमे में सूटे हैं मैंने ए, क्या कहते हैं उसको ओ हो कू लंबी जी लक्कड़ों की <laughs> ਮੋਟੀ ਲਾਚੀ ਐਂਡ ਦਾਰਚੀਨੀ ਵਿੱਚ ਸੂਟ ਦਿੱਤੇ ਹਨ ਮੈਨੇ ਗਾਂਡੇ ਅਬ ਇਸਮੇ ਮੈਂ ਬਾਕੀ ਕੀ ਚੀਜ਼ੇ ਐਡ ਕਰੂੰਗੀ ਕਿ ਬਾਕੀ ਮੈਂ ਇਸਮੇ ਕੀ ਐਡ ਕਰ ਰਹੀ ਹੂੰ ਬਾਕੀ ਮੈਨੇ ਡਾਲਾ ਹੈ ਨਮਕ ਹੈ ਮਿਰਚ ਹੈ ਹਲਦੀ ਹੈ ਸੁੱਕਾ ਧਨੀਆ ਹੈ ਟਮਾਟਰ ਹੈ ਦੋ ਦੋ ਵੱਡੇ ਸਾਈਜ਼ ਕੇ ਔਰ ਸਾਰਾ ਕੁਛ ਪਾ ਪੂ ਕੇ ਟੱਕਣ ਦੇ ਕੇ ਅਸੀਂ ਇਹਨੂੰ ਰੱਖ ਦਵਾਂਗੇ ਪੱਕਣ ਵਾਸਤੇ ਚਲੋ ਜੀ ਅੱਗੂੰ ਮੇਰੀ ਬੜੀ ਪਿਆਰੀ ਸਿਸਟਰ ਨੇ ਮੈਨੂੰ ਮੈਸੇਜ ਕੀਤਾ ਹੋਇਆ ਸੀ बेनिफिशियल व्लॉगिंग तो और उन्होंने उन्होंने वास्ते मैं यही कमागी फूलों का तारों का सबका कहना है एक हजारों में मेरी बहना है सारी उमर हमें संग रहना है फूलों का तारों का सबका कहना है ते इसी तरह ही मैं चाहूंगी कि मैं तो इस सबके वास्ते कुछ ना कुछ जड़ा भी ओ कहंदी रहवां टाटा बाय बाय एस आईडी तू भी मेरे वास्ते बड़ा प्यारा मैसेज कीता किया तिलू जी बहुत-बहुत शुक्रिया तुसी मेनू किया के अपने हस्बैंड दे बारे दे विच दसो ਤੇ ਹਸਬੰਦ ਦੇ ਬਾਰੇ ਵਿੱਚ ਮੈਂ ਤੁਹਾਨੂੰ ਕੀ ਦੱਸਾਂ ਕੀ ਦੱਸਾਂ ਕੀ ਸੁਣਨਾ ਚਾਹੁੰਦੇ ਹੋ ਆਪਣੇ ਹੀ ਕਿਰਾਤੇ ਹੈ ਨਸ਼ੇ ਮਨ 'ਤੇ ਬਿਜਲੀਆਂ ਨਸ਼ੇ ਮਨ 'ਤੇ ਬਿਜਲੀਆਂ ਨਾ ਖੁਦਾ ਕਾ ਨਾ ਖੁਦਾ ਕਾ ਜਿਸ ਨੇ ਹਮੇ ਸਾਮ ਲਿਆ ਹੈ ਉਮਰ ਭਰ ਕਗਮ ਹਮੇ ਹੀ ਨਾਮ ਦਿਆ ਹੈ ਤੇ ਲੋ ਜਨਾਬ ਕਿਧਰੇ ਕੋਸ਼ ਗਾਣਾ ਪੁੱਠਾ ਸਿੱਧਾ ਪਲ ਜਾਵਾ ਤੇ ਚੁੱਪ ਕਰਕੇ ਸੁਣ ਲੈਣਾ ਤੇ ਅੱਗੇ ਜਨਾਬ ਆ ਜਾਂਦੇ ਨੇ ਅਸਮਾ ਖਾਨ ਅਸਮਾ ਖਾਨ ਨੇ ਮੈਨੂੰ ਕਿਹਾ ਏ ਕਿ ਬਾਜੀ ਆਪਕੇ ਵੀਲੋਗ ਮuje ਬੜੇ ਪਸੰਦ ਹੈ ਕਦੀ ਵੈਜੀਟੇਬਲ ਦੀ ਰੈਸিপি ਦਿਓ ਨਾ ਹਾਈ ਮੈਂ صدਕੇ ਜਾਵਾਂ ਨਹੀਂ ਮੇਰੀ ਇਹ ਸੁਹਣੀਏ ਭੈਣੇ ਵੈਜੀਟੇਬਲ ਦੀ ਰੈਸিপি ਜ਼ਰੂਰ ਦਿਆਂਗੀ ਪਰ ਕੀ ਕਰਾਂ ਬਾਜੀ ਤੁਹਾਡੀ گوشਤ ਖੋਰ ਹੈ ਬਿਮਾਰ ਹੋ ਕੇ ਲੰਮੀ ਪੈ ਜਾਂਦੀ ਹੈ ਪਰ ਫਿਰ ਵੀ ਨਹੀਂ ਛੱਡਦੀ گوشਤ ਦੀ ਜਾਣ ਪਰ ਡੋਂਟ ਵਰੀ ਡਾਰਲਿੰਗ ਮੈਂ ਤੁਹਾਨੂੰ ਜ਼ਰੂਰ ਦਿਆਂਗੀ ਵੈਜੀਟੇਬਲ ਦੀ ਰੈਸিপি ਠੀਕ ਹੈ ਐ ਵੀ ਦੱਸ ਦੇਣਾ ਕਿਹੜੀ ਸਬਜ਼ੀ ਬਹੁਤ ਹੀ ਪਸੰਦ ਹੈ ਨਹੀਂ ਮੈਂ صدਕੇ ਜਾਵਾਂ ਲਾਡੋ ਉਹ ਵੀ ਸ਼ੇਅਰ ਕਰਾਂਗੀ ਕਿ ਕਿ ਛੋਟੀਆਂ ਭੈਣਾਂ ਦੀਆਂ ਜਿਹੜੀਆਂ ਨੇ ਨਾ ਉਹ ਖੁਆਇਸ਼ਾਂ ਉਹ ਵੱਡੀਆਂ ਭੈਣਾਂ ਹੀ ਪੂਰੀਆਂ ਕਰਦੀਆਂ ਨੇ ਤੁਸੀਂ ਦੇਖਿਆ ਨਾ ਬਾਜੀ ਪਲਵਛਾ ਨੂੰ ਕਿਵੇਂ ਆਪਣੇ ਭੈਣਾਂ ਦਾ ਖਿਆਲ ਰੱਖਦੀ ਏ ਕਿਵੇਂ ਭੈਣਾਂ ਵਾਸਤੇ ਆਲੂ ਬੈਂਗਨ ਤੇ ਨਾਲ ਪਰੌਠੇ ਪਕਾਉਂਦੀ ਏ ਹੈ ਕਦੀ ਕੱਲੀਆਂ ਬਹਿ ਕੇ ਰੋਟੀ ਨਹੀਂ ਖਾਂਦੀ ਜੇ ਹਿਨਾ ਟੁਰ ਜਾਏ ਤੇ ਠੀਕ ਏ ਹਿਨਾ ਨਾ ਜਾਏ ਤੇ ਜੋ ਪੱਕਿਆ ਹੁੰਦਾ ਵੇ ਉਹਦੇ ਵਾਸਤੇ ਕੱਢ ਕੇ ਮਾਂ ਦੀ ਤਰ੍ਹਾਂ ਉਹਦੇ ਘਰ ਦੇ ਕੇ ਆਂਦੀ ਏ ਕਿ ਲੈ ਖਾਣਾ ਤੂੰ ਕਿਉਂ ਨਾ ਖਾਵੇਂ ਮੈਂ ਕੱਲੀ ਕਿਉਂ ਖਾਵਾਂ ਐ ਹੁੰਦੀਆਂ ਨੇ ਵਡੀਆਂ ਪੈਣਾ ਤੇ ਅਸਮਾ ਖਾਨ ਪਲੀਜ਼ ਮੈਨੂੰ ਦੱਸੋ ਕਿ ਤੁਹਾਨੂੰ ਕਿਹੜੀ ਸਬਜ਼ੀ ਦੀ ਰੈਸিপি ਚਾਹੀਦੀ ਏ ਜਾਂ ਤੁਹਾਨੂੰ ਕਿਹੜੀ ਦਾਲ ਪਸੰਦ ਏ ਮੈਂ ਜ਼ਰੂਰ ਉਹਨੂੰ ਪਕਾਵਾਂਗੀ ਆਪਣੇ ਅੰਦਾਜ਼ ਵਿੱਚ ਠੀਕ ਹੈ ਆਪਣੀ ਅੰਮੀ ਦੇ ਅੰਦਾਜ਼ ਵਿੱਚ ਤੇ ਤੁਹਾਡੇ ਨਾਲ ਉਹ ਰੈਸিপি ਸ਼ੇਅਰ ਕਰਾਂਗੀ ਅੱਗੇ ਜੀ ਗਗਨਦੀਪ ਨੇ ਮੈਨੂੰ ਕਿਹਾ ਸੀ ਲਵ ਯੂ ਲਵ ਯੂ ਟੂ ਸੁਣੀਏ ਲਵ ਯੂ ਟੂ ਤੇ ਅੱਗੇ جناب ਇਮਰਾਨ ਕੈਸਰ ਉਹਨਾਂ ਨੇ ਕੁਐਸਚਨ ਕੀਤਾ ਕਿ ਆਪकी ਭਾਬੀ ਕਹਾਂ ਰਹਤੀ ਹੈ ਤੇ ਭੈਣ ਜਾਂ ਮੇਰੀਆ ਭਰਾਵਾ ਮੇਰੀ ਭਾਬੀ ਆਪਣੇ ਬੱਚਿਆਂ ਨਾਲ ਆਪਣੇ ਘਰ ਵਿੱਚ ਰਹਿੰਦੀ ਹੈ ਉਹ ਮੇਰੇ ਨਾਲ ਕਿਉਂ ਨਹੀਂ ਰਹਿੰਦੀ ਦੇਖੋ ਮੈਂ ਸ਼ੁਰੂ ਤੋਂ ਸ਼ਹਿਰ ਵਿੱਚ ਸਾਂ ਤੇ ਆਪਣੇ ਘਰ ਦੇ ਵਿੱਚ ਸਾਂ ਇੱਕ ਮੇਰੀ ਹੁਣ ਇਹੋ ਜੀ ਆਦਤ ਵੀ ਹੋ ਚੁੱਕੀ ਹੈ ਕਿ ਮੈਂ ਇਕੱਲੇ ਰਹਿਣ ਦੀ ਇੱਕ ਆਦੀ ਹੋ ਚੁੱਕੀ ਹਾਂ ਤੇ ਕੋਈ ਐਸੀ ਗੱਲ ਨਹੀਂ ਭੈਣਾ ਭਰਾਵਾਂ ਨੂੰ ਮਿਲਦੇ ਜੁਲਦੇ ਰਹੋ ਗੱਲਬਾਤ ਕਰਦੇ ਰਹੋ ਕਲਿਆਂ ਹੋਣ ਦਾ ਅਹਿਸਾਸ ਨਹੀਂ ਰਹਿੰਦਾ ਕੱਲ ਮੇਰੀ ਭਾਬੀ ਮੇਰੇ ਵੱਲ ਆਏ ਸਨ ਔਰ ਇੱਕ ਕੁਐਸਚਨ ਇੱਕ ਮੈਸੇਜ ਸੀ ਆਪਨੇ ਭਾਬੀ ਕੀ ਮਹਿਮਾਨ ਨਵਾਜ਼ੀ ਆਲੂ ਗੋਸ਼ਤੇ ਕੀ ਨਹੀਂ ਭੈਣੋ ਤੇ ਅੱਜ ਵੀ ਆਈ ਹੋਈ ਐ ਲੈ ਦੱਸ ਫਿਰ ਮੈਨੂੰ ਹੁਣ ਮੈਂ ਕੀ ਪਕਾਵਾਂ ਅੱਜ ਮੈਂ ਕੀਮਾ ਘੇਲੇਲੇ ਪਕਾਏ ਤੇ ਮੈਂ ਕਿਹਾ ਆ ਜਾ ਕੁੜੀਏ ਰਲ ਕੇ ਖਾਈਏ ਮੱਖਣ ਦੀਆਂ ਚੋਪੜੀਆਂ ਰੋਟੀਆਂ ਕੀਮਾ ਤੇ ਘੇਲੇਲੇ ਉੱਤੇ ਸੁੱਟਾਂਗੇ ਕੀਮਾ ਕਰੇਲੇ ਨਾਲ ਪਾਵਾਂਗੇ ਅੰਬ ਦੀ ਚਟਨੀ ਤੇ ਖਾਵਾਂਗੇ ਮਜ਼ਿਆਂ ਦੇ ਨਾਲ ਜਨਾਬ ਪਿਆਰ ਜਿਹੜਾ ਹੈ ਨਾ ਜ਼ਰੂਰੀ ਨਹੀਂ ਕਿ ਨਾਲ ਰਹਿੰਦੀ ਹੀ ਨਜ਼ਰ ਆਵੇ ਅਹਿਸਾਸ ਨਾਲ ਰਹਿੰਦੀ ਹੀ ਹੋਵੇ ਅਹਿਸਾਸ ਉਹ ਰਿਸ਼ਤਾ ਵੀ ਜਿਹੜਾ ਕਿ ਦੂਰ ਰਹਿ ਕੇ ਵੀ ਨਿਭਾਇਆ ਜਾ ਸਕਦਾ ਬਾਕੀ ਮੇਰੀ ਆਦਤ ਹੈ ਮੈਨੂੰ ਸ਼ੌਕ ਨਹੀਂ ਕਿ ਮੈਂ ਕਿਸੇ ਦੀ ਜ਼ਿੰਦਗੀ ਦੇ ਵਿੱਚ ਖਾਮ ਖਾ ਇੰਟਰਫੇਅਰ ਕਰਾਂ ਉਹ ਆਪਣੀ ਜ਼ਿੰਦਗੀ ਜੀ ਰਹੇ ਨੇ ਮੈਂ ਆਪਣੀ ਜੀ ਰਹੀ ਆ ਤੁਸੀਂ ਐਨੇ ਬੜੇ ਭੈਣ ਭਰਾ ਹੈਗੇ ਤੇ ਉਹ ਮੇਰੇ ਕੋਲ ਦੱਸੋ ਫਿਰ ਤੇ ਪਰਜਾਈ ਵਿਚਾਰੀ ਨੂੰ ਸੁੱਖ ਦਾ ਸਾਹ ਕਿ ਉਹਨਾਂ ਲੈਣ ਦਵਾ ਕਿਉਂ ਇਹ ਕਿਉਂ ਕੋਈ ਕਵੇ ਕਿ ਨਨਾਨ ਨੇ ਮੱਲ ਮਰਿਆ ਨਨਾਨ ਬੜਾ ਸੁਲਮ ਕਰ ਰਹੀ ਏ ਤੁਸੀਂ ਇਹ ਚਾਹਦੇ ਹੋ ਕਿ ਤੁਹਾਡੀ ਬਾਜੀ ਇੰਜ ਦੀ ਹੋਵੇ ਹੈਨਾ ਨਹੀਂ ਚਾਹਦੇ ਨਾ ਤੇ ਬਸ ਠੀਕ ਹੈ ਫਿਰ ਸਕੂਨ ਕਰੋ ਤੁਸੀਂ ਅੱਛਾ ਜੀ ਪਲਵਸ਼ਾ ਪਲਵਸ਼ਾਜ਼ ਫੈਨ ਉਹ ਕਹਿੰਦੇ ਨੇ ਕਿ ਆਪ ਕੀ ਬਾਤੋਂ ਮੇਂ ਜ਼ਿੰਦਗੀ ਨਜ਼ਰ ਆਤੀ ਹੈ ਜ਼ਿੰਦਗੀ ਪਿਆਰੀ ਕਾ ਗੀਤ ਹੈ ਇਸੇ ਹਰ ਪਲ ਤੋ ਗਾਣਾ ਪੜੇਗਾ ਤੇ ਜਨਾਬ ਜ਼ਿੰਦਗੀ ਜੀਣ ਵਾਸਤੇ ਇਨਸਾਨ ਨੂੰ ਆਪਣੇ ਆਪ ਵਿੱਚ ਚੇਂਜ ਵੀ ਲੈ ਕੇ ਆਣਾ ਪੈਂਦਾ ਵੀ ਕਿਉਂਕਿ ਜੀਣਾ ਹੈ ਨਾ ਜੀਣਾ ਇਸੇ ਦਾ ਨਾਮ ਹੈ ਤੇ ਅੱਗੇ ਵੀ ਜੀ ਆਪਣਾ ਜਨਾਬ ਇੱਕ ਹੋਰ ਮੈਸੇਜ ਵੇ ਸ਼ਹਿਨਾਜ਼ ਖਾਨ ਫਰੋਮ ਯੂਕੇ ਥੈਂਕ ਯੂ ਜੀ ਕਿ ਤੁਸੀਂ ਯੂਕੇ ਬੈ ਕੇ ਸਾਨੂੰ ਵਾਚ ਕਰਦੇ ਹੋ ਸਾਨੂੰ ਬਹੁਤ ਸਾਰਾ ਪਿਆਰ ਭੇਜਦੇ ਹੋ ਆਪਣੇ ਸੋਹਣੇ ਸੋਹਣੇ ਕਮੈਂਟਸ ਦੇ ਵਿੱਚ ਹਰੂਨਾ ਬਾਤੂ ਇਰਹਾ ਇਰਹਾ ਕਹਿੰਦੀਆਂ ਨੇ कि मेरा बड़ा दिल करता है आपसे मिलने को 100 बिस्मिल्ला जी जी आयनो 100 बिस्मिल्ला ਤੁਸੀਂ ਜ਼ਰੂਰ ਆਓ ਮੈਨੂੰ ਮਿਲਣ ਵਾਸਤੇ ਹਰੂਨਾਬਾਦ ਜਿੱਦੂ ਮੈਂ ਕਦੀ ਲਾਹੌਰ ਜਾਂਦੀ ਹੁੰਦੀ ਸੀ ਨਾ ਬੜੀ ਪੁਰਾਣੀ ਗੱਲ ਵੇ ਅੱਜ ਤੋਂ ਕੋਈ 15 16 ਸਾਲ 17 ਸਾਲ ਪਹਿਲਾਂ ਦੀ ਪਾਵਰ ਵਾਲਿਆਂ ਦੀ ਗੱਡੀ ਤੇ ਉੱਤੇ ਲਿਖਿਆ ਹੁੰਦਾ ਸੀ ਹਰੂਨਾਬਾਦ ਬਹਾਵਲਪੁਰ ਚਿਸ਼ਤੀਆਂ ਠੀਕ ਹੈ ਤੇ ਬੜਾ ਹੀ ਚੰਗਾ ਲੱਗੇਗਾ ਬਾਕੀ ਤੁਸੀਂ ਕਿਹਾ ਕਿ ਮੈਂ ਤੁਹਾਡਾ ਨਾਲ ਕੰਟੈਕਟ ਕਿਸ ਤਰ੍ਹਾਂ ਕਰਾਂ ਤੁਸੀਂ ਮੇਰੇ ਨਾਲ ਇਨਸਟਾ ਤੇ ਕੰਟੈਕਟ ਕਰੋ ਔਰ ਉਹਦੇ ਉੱਤੇ ਆਪਣਾ ਨਾਮ ਲਿਖਣਾ ਮੈਸੇਜ ਕਰਨਾ ਕਿਉਂਕਿ ਅਗਰ ਤੁਹਾਡਾ ਨਾਮ ਉੱਪਰ ਨਹੀਂ ਹੋਏਗਾ ਜਾਂ ਤੁਸੀਂ ਉੱਤੇ ਹਰੂਨਾਬਾਦ ਦਾ ਜ਼ਿਕਰ ਨਹੀਂ ਕਰੋਗੇ ਤੇ ਮੈਂ ਤੁਹਾਨੂੰ ਫਿਰ ਐਡ ਨਹੀਂ ਕਰ ਸਕਦੀ ਕਿਉਂਕਿ ਸੋਸ਼ਲ ਮੀਡੀਆ ਤੇ ਤੁਸੀਂ ਕਿਸੇ ਤੇ ਬੜਾ ਔਖਾ ਯਕੀਨ ਕਰ ਪਾਉਂਦੇ ਹੋ ਇਹ ਹਮੇਸ਼ਾ ਯਾਦ ਰੱਖਣਾ ਸਾਨੂੰ ਨਹੀਂ ਪਤਾ ਕੌਣ-ਕੌਣ ਹੈ ਤੇ ਕੌਣ ਨਹੀਂ ਚੰਨ ਬੇ ਕਿਉਂਕਿ ਮੈਂ ਜਨਾਬ ਇਨ੍ਹਾਂ ਗੱਲਾਂ ਤੋਂ ਬੜਾ ਕੁਝ ਸਿੱਖ ਚੁਕੀਆਂ ਅੱਛਾ ਨਾਲ ਨਾਲ ਰੈਸਪੀ ਤੇ ਦੱਸਦੀ ਜਾਵਾਂ ਬੇਲਾ ਤਰਜੇ ਨਾਲ ਜਿਨਾਂ ਮੈਂ ਚੁੱਲੇ ਤੇ ਰੱਖੇ ਕਰੇਲੇ ਕੜਾਈ ਲਈ ਉਹਦੇ ਥੋੜਾ ਜਿਹਾ ਆਇਲ ਪਾਇਆ ਵਿੱਚ ਪਾਏ ਮੈਂ ਕਰੇਲੇ ਕਰੇਲੇ ਥੋੜੇ ਸਾਰੇ ਉਹਦੇ ਚ ਨਰਮ ਹੋ ਗਏ ਤੇ ਫਿਰ ਮੈਂ ਪਾ ਦਿੱਤੇ ਪਿਆਜ਼ ਤੇ ਟਮਾਟਰ ਉਹਨਾਂ ਨੂੰ ਥੋੜਾ ਜਿਹਾ ਭੁੰਨ ਕੇ ਅੱਗ ਹਲਕੀ ਕਰਕੇ ਦੇ ਦਿੱਤਾ ਢੱਕਣ ਕਿ ਤਾਂ ਕਿ ਕਰੇਲੇ ਸਾਡੇ ਜਿਹੜੇ ਨੇ ਉਹ ਜਰਾ ਪਿਆਜ਼ ਵੀ ਟਮਾਟਰ ਵੀ ਚੰਗੀ ਤਰ੍ਹਾਂ ਜਿਹੜੇ ਨੇ ਆਪਸ ਚ ਰਲ ਮਿਲ ਜਾਣ ਯਾਨੀ ਕਿ ਉਹਨਾਂ ਦੀ ਚੰਗੀ ਅੰਡਰਸਟੈਂਡਿੰਗ ਹੋ ਜਾਏ ਤਾਂ ਕਿ ਉਹਨਾਂ ਨੂੰ ਕਿਦਰੇ ਨਾ ਕਿਦਰੇ ਕੋਈ ਉਪਰਾਪਨ ਨਾ ਲਗੇ ਇਧਰ ਜਨਾਬ ਕੀਮਾ ਸੀ ਕੀਮਾ ਹੋ ਗਿਆ ਰੈਡੀ ਉਹਦੇ ਵਿੱਚ ਮੈਂ ਸੁੱਟਿਆ ਦਹੀਂ ਨਾਲ ਮੈਂ ਘਰ ਦਾ ਬਣਿਆ ਪਾ ਦਿੱਤਾ ਮੱਖਣ ਤੇ ਇਹ ਦੇਖੋ ਜਨਾਬ ਕੀਮਾ ਰੈਡੀ ਹੋ ਗਿਆ ਸੀ ਮੱਖਣ ਸਖਣ ਪਾ ਕੇ ਉਹਦਾ ਆਇਲ ਵੀ ਨਿਕਲ ਆਇਆ ਇੱਕ ਚਮਚੀ ਮੈਂ ਇਹਦੇ ਵਿੱਚ ਪਾ ਦਿੱਤੀ ਸੀ ਦੇਸੀ ਘਿਓ ਦੀ ਬੜੀ ਸੋਹਣੀ ਖੁਸ਼ਬੂ ਆਂਦੀ ਉਦੀ ਨਾਲ ਮੈਂ ਸੁੱਟੀਆਂ ਇਹਦੇ ਵਿੱਚ ਹਰੀ ਗੰਰਚਾ ਤੇ ਤਿੰਨ ਚਾਰ ਮੈਂ ਇਹਦੇ ਵਿੱਚ ਪਾਈਆਂ ਨੇ ਗੋਲ ਲਾਲ ਮਿਰਚ ਹੁਣ ਮੈਂ ਕarele ਪਿਆਜ਼ ਤੇ ਟਮਾਟਰ ਚੁੱਕੇ ਤੇ ਪਾ ਦਿੱਤੇ ਇਸ ਹਾਂਡੀ ਦੇ ਵਿੱਚ ਇਹਨਾਂ ਨੂੰ ਆਪਸ ਚਿਕਾ ਦਿੱਤਾ ਜਨਾਬ ਅਸੀਂ ਮਿਕਸ ਕਰਵਾਈ ਇਹਨਾਂ ਦੀ ਸੁਲਾ ਉਸ ਤੋਂ ਬਾਅਦ ਉੱਤੇ ਦੇ ਦਿੱਤਾ ਇਹਦੇ ਟੱਕਣ ਠੀਕ ਹੈ ਜੀ ਅੱਗੂ ਜੀ ਨਬੀਲਾ ਸਿਸਟਰ ਮੈਨੂੰ ਪੁੱਛਦੀਆਂ ਨੇ ਕਿ ਆਪਕਾ ਭਾਈ ਕਿਉਂ ਨਹੀਂ ਪੋਲਿਟਿਕਸ ਮੈਂ ਆਇਆ ਉਹਨੇ ਕਿਹਾ ਤੁਹਾਡਾ ਫੈਮਿਲੀ ਬੈਕਗ੍ਰਾਉਂਡ ਤੇ ਬੜਾ ਅੱਛਾ ਹੈ ਐਕਚੁਅਲੀ ਗੱਲ ਇਹ ਵੇ ਕਿ ਮੈਂ ਪੋਲਿਟਿਕਸ 'ਚ ਪਹਿਲਾਂ ਵੀ ਦੱਸਿਆ ਕਿ ਮੇਰੀ والدہ ਸਨ ਮੇਰੇ ਵਾਲਦ ਤੋਂ ਬਾਅਦ ਕਿਉਂਕਿ ਜ਼ਾਹਿਰ ਹੈ ਮੇਰੇ ਵਾਲਦ ਦਾ ਜਦੋਂ ਇੰਤਕਾਲ ਹੋਇਆ ਤੇ ਉਹ 8 ਮਹੀਨੇ ਦਾ ਸੀ ਮੇਰੀ والدہ ਮੈਂ ਤੁਹਾਨੂੰ ਦੱਸਿਆ ਕਿ ਜਿਸ ਨੇਚਰ ਦੇ ਸਨ ਉਹਨਾਂ ਨੇ ਸਾਡੀ ਤਰਬੀਅਤ ਹੀ ਇੰਜ ਦੀ ਕੀਤੀ ਕਿ ਮੇਰਾ ਭਾਈ ਆਪਣੇ ਉਹਨੂੰ ਪੜ੍ਹਾਈ ਵਾਸਤੇ ਅੰਮੀ ਨੇ ਫਿਰ ਹੋਸਟਲ ਦੇ ਵਿੱਚ ਦਾਖਲ ਕਰਵਾ ਦਿੱਤਾ ਜਦੋਂ ਮੈਂ ਵੀ ਪੋਲਿਟਿਕਸ 'ਚ ਆਹਣਾ ਤੇ ਮੈਂ ਕਦੀ ਕਿਤੇ ਲਾਹੌਰੂ ਕਾਲ ਕਰਦੀ ਸਾਂ ਕਿ ਮੇਰੀ ਇਹ ਮੀਟਿੰਗ ਹੈ ਮੈਂ ਨਹੀਂ ਆ ਰਹੀ ਤੁਸੀਂ ਚਲੇ ਜਾਓ ਤੇ ਉਹਦਾ ਕੋਈ ਇੰਟਰਸਟ ਨਹੀਂ ਸੀ ਹੁੰਦਾ ਜ਼ਾਹਿਰ ਹੈ ਜਦੋਂ ਕਿਸੇ ਦਾ ਇੰਟਰਸਟ ਹੋਏ ਨਾ ਤੇ ਉਹ ਫੇਰ ਹੀ ਉਸ ਫੀਲਡ ਵੱਲ ਆਂਦਾ ਆਦਰਵਾਇਜ਼ ਬੰਦਾ ਨਹੀਂ ਆਂਦਾ ਤੇ ਬਹਰਾਲ ਜੀ ਸ਼ੁਕਰ ਅਲhamdulillah ਕਹਿੰਦੇ ਨੇ ਇੱਕ ਹੋ ਪਰ ਨੇਕ ਹੋ ਮੈਨੂੰ ਆਪਣੇ ਪਰਾ ਤੇ ਬੜਾ ਫਖਰ ਹੈ ਕਿ ਮੇਰੇ ਭਾਈ ਦੇ ਬਾਰੇ ਵਿੱਚ ਕਦੀ ਕਿਦਰੇ ਕੋਈ ਗਿਲਾ ਨਹੀਂ ਕਰ ਸਕਦਾ ਕੋਈ ਸ਼ਿਕਵਾ ਨਹੀਂ ਕਰ ਸਕਦਾ ਤੇ ਲੋ ਜਨਾਬ ਤੁਹਾਡੇ ਕੁਝ ਸਵਾਲਾਂ ਦੇ ਜਵਾਬ ਜਿਹੜੇ ਨਹੀਂ ਕੰਪਲੀਟ ਹੋਏ ਉਹ ਜ਼ਰੂਰ ਦੱਸਣਾ ਅੱਜ ਦੀ ਵੀਡੀਓ ਦੇ ਬਾਰੇ ਵਿੱਚ ਕਿ ਤੁਹਾਨੂੰ ਵੀਡੀਓ ਮੇਰੀ ਕਿਸ ਤਰ੍ਹਾਂ ਦੀ ਲੱਗੀ ਏ ਕਿ ਆਂਜੀਆਂ ਵੀਡੀਓ ਹੀ ਬਣਾਇਆ ਕਰਾਂ ਜਿੱਦ ਵਿੱਚ ਮੈਂ ਤੁਹਾਨੂੰ ਹਸਦੀ ਖੇਡਦੀ ਨਜ਼ਰ ਆਵਾਂ ਕਿਸੇ ਨਾਲ ਛੇੜਖਾਨੀ ਕਰਾਂ ਕਿਸੇ ਨੂੰ ਕੋਈ ਇਹੋ ਜੀ ਗੱਲ ਕਰਾਂ ਕਿ ਕੋਈ ਹੱਸ-ਹੱਸ ਕੇ ਲੋਟ-ਪੋਟ ਹੋ ਜਾਏ ਸਿਧਰਾ ਗਈ ਸੀ ਜੀ ਤੰਦੂਰ ਤੇ ਰੋਟੀਆਂ ਲਵਾਉਣ ਵਾਸਤੇ ਭਾਰਫੀਕ ਦੇ ਨਾਲ ਤੇ ਮੈਂ ਉਹਨੂੰ ਕਿਹਾ ਵੀ ਜਾ ਕੁੜੀਏ ਜਾ ਕੇ ਰੋਟੀਆਂ ਲਵਾ ਤੰਦੂਰ ਦੀਆਂ ਤੇ ਮੱਖਣ ਨਾਲ ਦੋ ਕੁ ਰੋਟੀਆਂ ਚੋਪੜ ਵੀ ਲਵੀ ਤੇ ਫਿਰ ਆਪਾਂ ਰੋਟੀ ਖਾਵਾਂਗੇ ਕੀਮਾ ਕਰੇਲੇ ਤੇ ਨਾਲ ਚੋਪੜੀਆਂ ਹੋਈਆਂ ਰੋਟੀਆਂ ਮਗਰ ਅੱਜ ਵੀ ਉਹੀ ਕੰਮ ਹੋ ਗਿਆ ਕਿ ਦਹੀਂ ਨਹੀਂ ਸੀ ਤੇ ਲੱਸੀ ਨਹੀਂ ਬਣ ਸਕੀ ਕਿਉਂਕਿ ਦਹੀਂ ਜਿੰਨਾ ਕਿ ਸੀ ਨਾ ਉਹਨੇ ਕਿ ਦਹੀਂ ਦੀ ਮੈਂ ਕੀ ਲੱਸੀ ਬਣਾਉਂਦੀ ਤੇ ਜਦੋਂ ਇਹ ਰੋਟੀਆਂ ਦੀ ਵੀਡੀਓ ਬਣ ਕੇ ਆਈ ਮੈਂ ਦੇਖੀ ਤੇ ਯਾਦ ਆਇਆ ਆਪਣੀ ਮਾਂ ਦਾ ਵੇੜਾ ਮਾਂ ਦੀ ਗੱਲ ਕਰਨਾ ਕਿਵੇਂ ਭੁੱਲ ਜਾਵਾਂ ਇਹ ਤੇ ਹੋ ਹੀ ਨਹੀਂ ਸਕਦਾ ਕਿ ਮੈਂ ਆਪਣੀ ਮਾਂ ਦੀ ਗੱਲ ਨੂੰ ਭੁੱਲ ਜਾਵਾਂ ਉਹ ਨਹੀਂ ਨਹੀਂ ਮਾਂ ਦੇ ਕਰਦੀਆਂ ਗੱਲਾਂ ਮਾਂ ਦੀਆਂ ਗੱਲਾਂ ਹਰ ਸਾਹ ਦੇ ਨਾਲ ਨੇ ਤੇ ਲੋ ਜਨਾਬ ਤੁਸੀਂ ਸਾਰੇ ਵੀ ਇੰਜੋਏ ਕਰੋ ਕੀਮਾ ਕਰੇਲੇ ਨਾਲ ਉਹਦੇ ਨਾਲ ਇੰਜੋਏ ਕਰੋ ਤੁਸੀਂ ਤੰਦੂਰ ਦੀਆਂ ਰੋਟੀਆਂ ਆਟਾ ਅਸੀਂ ਘਰੋਂ ਜਿਹੜਾ ਬਣਾ ਉਹ ਗੁਨਵਾ ਕੇ ਭੇਜਦੇ ਹੁੰਦੇ ਆ ਤੇ ਇਧਰ ਜਨਾਬ ਸਾਡਾ ਕੀਮਾ ਕਰੇਲੇ ਹੋ ਚੁੱਕਿਆ ਅਸੀਂ ਰੈਡੀ ਇਹ ਮਤ ਕਹਿਣਾ ਕਿ ਬਾਜੀ ਤੁਸੀਂ ਠੀਕ ਰਹੇ ਹੋ ਤੇ ਮਰਚਾਂ ਤੁਸੀਂ ਖਾ ਰਹੇ ਹੋ ਉਹ ਸੋਣਿਓ ਸਦਕੇ ਜਾਵਾਂ ਮਿਰਚ ਤੋਂ ਬਿਨਾਂ ਵੀ ਜ਼ਿੰਦਗੀ ਨਹੀਂ ਤੇ ਉਹ ਕੀ ਕਹਿੰਦੇ ਨੇ ਮੈਂ ਤਾਂ ਬਿਮਾਰਾਂ ਬਾਕੀ ਦੇ ਤਾਂ ਨਹੀਂ ਨਾ ਹੈਗੇ ਤੇ ਨਮਕ ਮਿਰਚ ਤੇ ਵੈਸੇ ਹੀ ਲਾਈਟ ਹੈ ਮੇਰੀ ਭਾਬੀ ਵੀ ਹੁਣ ਲਾਈਟ ਨਮਕ ਮਿਰਚ ਖਾਂਦੀ ਏ ਉਹ ਜ਼ਿਆਦਾ ਤੇਜ਼ ਨਮਕ ਮਿਰਚ ਨਹੀਂ ਖਾਂਦੀ ਤੇ ਲਿਹਾਜ਼ਾ ਹਰੀ ਮਿਰਚ ਤੇ ਅੱਜਕੱਲ ਦੀ ਕੁੜੀਆਂ ਵੈਸੇ ਹੀ ਖਾਂਦੀਆਂ ਨੇ ਉਹਨਾਂ ਨੂੰ ਪਸੰਦ ਨੇ ਲੋ ਜੀ ਮੇਰੀ ਰੋਟੀ ਏ ਦਹੀਂ ਏ ਤੇ ਨਾਲ ਪਈ ਹੋਈ ਏ ਅੰਬ ਦੀ ਚਟਣੀ ਰੋਟੀ ਤੇ ਮੈਂ ਰੱਖਿਆ ਸੱਲ ਤੇ ਕੀਤਾ ਆਪਣੀ ਡਾਰਲਿੰਗ ਪਲਵਸ਼ਾ ਨੂੰ ਯਾਦ ਇਹ ਰੋਟੀ ਦੇ ਉੱਤੇ ਰੱਖ ਕੇ ਸਾਲਣ ਖਾਣਾ ਬੜਾ ਹੀ ਚੰਗਾ ਲੱਗਦਾ ਹੈ। ਲੋ ਜੀ ਇਜਾਜ਼ਤ ਦੋ ਜ਼ਿੰਦਗੀ ਲਈ ਤੇ ਫਿਰ ਮਿਲਾਂਗੇ ਦਿਲਨਾ ਕਰਨਾ ਥੋੜਾ।